ਸਤ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਮੁਲਾਜ਼ਮ ਜੂਟਰੀ ਮੁਲਾਜ਼ਮਾਂ ਪੰਚ ਮੁਲਾਜ਼ਮਾਂ ਦੀ ਜੋ ਤਾਜ਼ਾ ਜਾਣਕਾਰੀ ਮਿਲੀ ਆ ਉਹਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੀ ਤੇ ਅੱਜ ਇੱਕ ਪੰਜਾਬ ਸਰਕਾਰ ਵਿੱਤ ਭਵਨ ਵੱਲੋਂ ਨਵਾਂ ਨੋਟੀਫਾਈ ਕੀਤਾ ਗਿਆ ਹੈ ਉਹਦੇ ਬਾਰੇ ਵੀ ਦੱਸਾਂਗੇ ਜੀ ਹੁਣ ਮੇਰੀ ਬੇਨਤੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅੱਜ ਦੀ ਤਾਜ਼ਾ ਖ਼ਬਰ ਹੈ ਪੀਐਸਪੀਸੀਲ ਦੇ ਮੁਲਾਜ਼ਮਾਂ ਦੀਆਂ ਤਰ੍ਹਾਂਾਂ ਦੇ ਵਿੱਚ 23000 ਰੁਪਿਆ ਹਰ ਮਹੀਨੇ ਵਾਧਾ ਹੋ ਚੁੱਕਿਆ ਹੈ ਜੀ ਅਤੇ ਜੋ ਏਰੀਆ ਦਾ ਉਹ 70000 ਰੁਪਇਆ ਜੋ ਖਾਤਿਆਂ ਜਮਾ ਹੋ ਚੁੱਕਿਆ ਹੈ ਜੀ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਨਵਾਂ ਪੱਤਰ ਮਿਲਿਆ ਹੈ ਜੀ ਜਿਸ ਦਾ ਵਿਸ਼ਾ ਹੈ ਸਰਕਾਰ ਦੀਆਂ ਹਦਾਇਤਾਂ ਮਿਤੀ 3/11/2021 ਅਤੇ 6/1/2022 ਅਨਸਾਰ IHRMS ਹੋਟਲ ਤੋਂ ਤਨਖਾਹ ਫੈਸਕਨ ਸੰਬੰਧੀ ਸਪਸ਼ਟਿਕਰਨ ਵੱਲੋਂ ਡਾਇਰੈਕਟਰਤ ਕਿਸਾਨਾਂ ਅਤੇ ਲੇਖਾ ਡਾਇਰੈਕਟ ਰੇਟ ਖਜ਼ਾਨਾ ਤੇ ਲੇਖਾ ਦੀ ਤਜਵੀਜ਼ ਆਨਲਾਈਨ ਮਿਸਲ ਨੰਬਰ 286078 ਦੇ ਹਵਾਲੇ ਵਿੱਚ ਵਿਸ਼ਾ ਅੰਕਦ ਮਾਮਲੇ ਸੰਬੰਧੀ ਪ੍ਰਬੰਧਕੀ ਭਾਗ ਨੂੰ ਹੇਠ ਲਿਖੇ ਅਨਸਾਰ ਸਲਾਹ ਦਿੱਤੀ ਜਾਂਦੀ ਹੈ ਕਿ ਜਿਹੜੇ ਕਰਮਚਾਰੀਆਂ ਵੱਲੋਂ ਰਵਾਇਜ ਪੇ ਦਾ ਲਾਭ ਪਦੌਨਤੀ ਦੀ ਮਿਤੀ ਤੋਂ ਲੈਣ ਲਈ ਆਪਰ ਕੀਤਾ ਹੈ ਉਹਨਾਂ ਕਰਮਚਾਰੀਆਂ ਨੂੰ ਵੀ ਰਾਜ ਦੇ ਦੂਸਰੇ ਕਰਮਚਾਰੀਆਂ ਦੀ ਤਰਜ਼ ਤੇ ਪਦੌਨਤੀ ਦੀ ਪੋਸਟ ਤੇ ਫੈਸ ਕੀਤੀ ਗਈ ਤਨਖਾਹ ਤੋਂ ਮਲਟੀਪਲੇਨਿੰਗ ਫੈਕਟਰ 2.25 ਜਾਂ 2.5 ਨਾਲ ਸੰਬੰਧੀ ਆਪਸ਼ਨ ਦੇਣ ਦੀ ਉਪਬੰਧ ਆਈ ਐਚ ਆਰ ਐਮ ਐਸ ਵਿੱਚ ਕਰ ਦਿੱਤੀ ਜਾਵੇ ਜੇਕਰ ਕਿਸੇ ਕਰਮਚਾਰੀ ਦੀ ਮਿਤੀ 1/16 ਤੋਂ 29/9/2021 ਦੌਰਾਨ ਇੱਕ ਵਾਰ ਤੋਂ ਵੱਧ ਪਦੌਨਤੀ ਹੋਈ ਹੋਵੇ ਤਾਂ ਉਸ ਨੂੰ ਰਵਾਇਜ ਪੇ ਸਟ੍ਰਕਚਰ ਦਾ ਲਾਭ ਉਸ ਦੀ ਪਹਿਲਾ ਪਦੌਨਤੀ ਦੀ ਮਿਤੀ ਤੋਂ ਹੀ ਦਿੱਤਾ ਜਾਵੇ ਜੀ ਧੰਨਵਾਦ ਸਾਥੀਓ ਮੇਰ ਜਨਨ ਸਾਰ ਸਬ ਕਰਿਆ ਕਰੋ ਰੈੱਡ ਵਾਲਾ ਬਟਨ ਵਾ ਕੇ ਬੈਲ ਆਈਕਨ ਬਣ ਦਵਾਓ ਧੰਨਵਾਦ